ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਾਤਲ ਦੀ ਮੇਨ ਐਕਿਊਜ਼ ਦੀ, ਜਿਹਨਾਂ ਨਾਮ ਹੈ ਗੋਲਡੀ ਬਰਾੜ। ਕੈਨੇਡਾ ਦੇ ਦੋਸਤੋ ਅਮਰੀਕਾ ਸਰਕਾਰ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਨੇ ਜੀ ਦੋਸਤੋ, ਬੀ ਔਨ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਗੋਲਡੀ ਬਰਾੜ ਦੇ ਖਿਲਾਫ਼। ਅਤੇ ਕਿਹਾ ਜਾ ਰਿਹਾ ਕਿ ਗੋਲਡੀ ਬਰਾੜ ਛੇਤੀ ਹੀ ਕੈਨੇਡਾ ਜਾਂ ਅਮਰੀਕਾ ਦੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਏਗਾ। ਕਾਫ਼ੀ ਦੇਰ ਤੋਂ ਫਰਾਰ ਹੈ ਅਤੇ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਵਿੱਚ ਉਹਦਾ ਨਾਮ ਹੈ ਮੇਨ ਐਕਿਊਜ਼ ਹੈ ਉਹਦੇ ਵਿੱਚ, ਅਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਉਹ ਮੈਸੇਜ ਪਾਉਂਦਾ ਰਹਿੰਦਾ ਹੈ ਅਤੇ ਲਗਾਤਾਰ ਉਹ ਐਕਟਿਵ ਵੀ ਹੈਗਾ ਸੋਸ਼ਲ ਮੀਡੀਆ 'ਤੇ। ਲੇਕਿਨ ਹੁਣ ਦੋਸਤੋ ਗੋਲਡੀ ਬਰਾੜ ਦੇ ਲਈ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਨੇ ਇਸ ਗੈਂਗਸਟਰ ਵਾਸਤੇ, ਹੁਣ ਬਹੁਤ ਜ਼ਿਆਦਾ ਮੁਸ਼ਕਲ ਅੱਗੇ ਆਉਣ ਵਾਲੀ ਹੈ, ਕਿਉਂਕਿ ਕੈਨੇਡਾ ਅਤੇ ਅਮਰੀਕਾ ਦੀ ਜਿਹੜੀ ਪੁਲਿਸ ਹੈਗੀ ਹੈ ਉਹਨਾਂ ਨੇ ਲੁੱਕਆਊਟ ਨੋਟਿਸ ਜਾਰੀ ਕਰਤਾ ਹੈ ਗੋਲਡੀ ਬਰਾੜ ਦੇ ਖਿਲਾਫ਼। ਨਾਲ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ, ਰਾਜਾ ਕੁਮਾਰੀ ਜਿਹਦੀ ਕੋਲੈਬਰੇਸ਼ਨ ਆਈ ਸੀ ਸਿੱਧੂ ਮੂਸੇਵਾਲੇ ਨਾਲ, ਅਸ ਗਾਣਾ ਦੋਨਾਂ ਦਾ ਰਿਲੀਜ਼ ਹੋਇਆ ਸੀ, ਕਾਫ਼ੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਗਾਣੇ ਨੂੰ। ਹੁਣ ਦੋਸਤੋ ਕਿਹਾ ਜਾ ਰਿਹਾ ਕਿ ਰਾਜਾ ਕੁਮਾਰੀ ਕਰਨ ਔਜਲੇ ਨਾਲ ਵੀ ਕੋਲੈਬ ਕਰ ਸਕਦੀ ਹੈ। ਜੀ ਹਾਂ ਦੋਸਤੋ, ਰੀਸੈਂਟ ਲਾਈਵ ਦੇ ਵਿੱਚ ਉਹਨਾਂ ਨੇ ਫੈਨਸ ਨੂੰ ਗੱਲਬਾਤ ਕਰਦੇ ਹੋਏ ਕਿਹਾ ਕਿ ਕਰਨ ਔਜਲਾ ਕਾਫ਼ੀ ਬਿਜ਼ੀ ਨੇ, ਇਹਦੇ ਬਾਰੇ ਹਜੇ ਗੱਲ ਤਾਂ ਨਹੀਂ ਹੋਈ, ਲੇਕਿਨ ਇਨ ਫਿਊਚਰ ਇਹ ਗੱਲ ਹੋ ਵੀ ਸਕਦੀ ਹੈ। ਤੁਸੀਂ ਕਰਨ ਔਜਲਾ ਨੂੰ ਜਾ ਕੇ ਪੁੱਛੋ ਕਿ ਉਹ ਕੋਲੈਬ ਕਰਨਾ ਚਾਹੁੰਦੇ ਨੇ ਕਿ ਨਹੀਂ, ਯਾਨੀ ਕਿ ਰਾਜਾ ਕੁਮਾਰੀ ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਕਰਨ ਔਜਲਾ ਨਾਲ ਕੋਲੈਬ ਕਰਨ ਦੀ ਪਲੈਨਿੰਗ ਕਰਦੀ ਪਈ ਹੈ। ਅਤੇ ਕਰਨ ਔਜਲੇ ਦੀ ਐਲਬਮ ਬਾਰੇ ਵੱਡੀ ਜਾਣਕਾਰੀ ਆਪਾਂ ਨੂੰ ਛੇਤੀ ਹੀ ਮਿਲੇਗੀ। ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰੋ, ਮਿਲਦੇ ਹਾਂ ਹੋਰ ਵੀਡੀਓਜ਼ ਨਾਲ, ਧੰਨਵਾਦ।